ਸਮੂਹ ਸੰਗਤਾਂ ਦੇ ਦਰਸ਼ਨ ਕਰ ਸਕੀਏ।
ਔਰ ਨਾਲ ਹੀ ਮਹਾਂਪੁਰਸ਼ਾਂ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਸਕੀਏ। ਦੋ ਪ੍ਰਕਾਰ ਦੀਆਂ ਬਿਰਤੀਆਂ ਇੱਕ ਸੰਤ ਦੀ ਹੈ, ਦੂਸਰੀ ਸਿਪਾਹੀ ਦੀ ਹੈ। ਆਮ ਕਰਕੇ ਸਾਡੇ ਸਮਾਜ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਜੋ ਸੰਤ ਹੈ ਉਹ ਹਥਿਆਰ ਚੁੱਕ ਕੇ ਜੰਗ ਦੇ ਮੈਦਾਨ 'ਚ ਨਹੀਂ ਲੜ ਸਕਦਾ, ਔਰ ਜਿਹੜਾ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਦਾ ਹੈ ਉਹਨੂੰ ਸੰਤ ਦੀ ਜਿਹੜੀ ਪੱਧਤੀ ਹੈ ਉਹ ਸਾਡੇ ਭਾਰਤੀ ਸੰਸਕ੍ਰਿਤੀ ਦੇ ਸਮਾਜ ਵਿੱਚ ਨਹੀਂ ਸੀ ਦਿੱਤੀ ਜਾਂਦੀ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੋ ਪੂਰਵ ਜਨਮ ਹੈ, ਜੋ ਪਾਤਸ਼ਾਹ ਨੇ ਆਪਣੀ ਪਵਿੱਤਰ ਪਾਵਨ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਵਰਣਨ ਕੀਤਾ, ਬਚਿੱਤਰ ਨਾਟਕ ਵਿੱਚ ਗੁਰਦੇਵ ਨੇ ਆਪਣੀ ਸਵੈ ਜੀਵਨੀ ਲਿਖੀ ਹੈ। ਦੁਨੀਆ ਵਿੱਚ ਇੱਕੋ ਇੱਕ ਐਸੇ ਮਹਾਨ ਅਵਤਾਰ ਨੇ ਗੁਰੂ ਕਲਗੀਧਰ ਜੀ, ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਖੁਦ ਆਪ ਆਪਣੀ ਮੁਕੱਦਸ ਕਲਮ ਨਾਲ ਲਿਖੀ ਹੈ। ਬਾਕੀ ਜਿਤਨੇ ਵੀ ਰਹਿਬਰ ਨੇ, ਅਵਤਾਰ ਨੇ, ਪੈਗੰਬਰ ਨੇ, ਉਹਨਾਂ ਦੀਆਂ ਜੀਵਨੀਆਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਲਿਖੀਆਂ ਗਈਆਂ ਨੇ, ਪਰ ਕਲਗੀਧਰ ਸਵਾਮੀ ਜੀ ਨੇ ਆਪਣੀ ਸਵੈ ਜੀਵਨੀ ਖੁਦ ਆਪ ਲਿਖੀ ਹੈ ਬਚਿੱਤਰ ਨਾਟਕ ਵਿੱਚ। ਕਲਗੀਧਰ ਸਵਾਮੀ ਬਚਿੱਤਰ ਨਾਟਕ ਬਾਣੀ ਅੰਦਰ ਜਦੋਂ ਆਪਣੇ ਪੂਰਵਲੇ ਜਨਮ ਦੀ ਬਾਤ ਕਰਦੇ ਨੇ ਦੁਸ਼ਟ ਦਮਨ ਦੇ ਰੂਪ ਦੀ, ਉਸ ਸਰਵਰੂਪ ਦਾ ਵਰਣਨ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕੀਤਾ ਹੈ ਕਿ ਦੁਸ਼ਟ ਦਮਨ ਜੀ ਕਿਵੇਂ ਪੈਦਾ ਹੋਏ। ਜਦੋਂ ਰਾਕਸ਼ਾਂ ਦਾ ਵੱਧ ਕਰਦਿਆਂ ਦੇਵੀ ਅਲੋਪ ਹੋਈ ਅਤੇ ਉਹ ਰਾਕਸ਼ ਦੇਵੀ ਦੀ ਭਾਲ ਕਰਦਿਆਂ ਕਰਦਿਆਂ ਸਮੁੰਦਰ ਰਿਸ਼ੀ ਦੇ ਪਾਸ ਪਹੁੰਚੇ। ਸਮੁੰਦਰ ਰਿਸ਼ੀ ਜੀ ਉਸ ਵਕਤ ਆਪਣੀ ਤਪ ਦੀ ਸਾਧਨਾ ਵਿੱਚ ਵਲੀਨ ਸਨ। ਉਹਨਾਂ ਦਾਨਵਾਂ ਨੇ ਰਾਕਸ਼ਾਂ ਨੇ ਆ ਕਰਕੇ ਭੱਦੀ ਸ਼ਬਦਾਵਲੀ ਵਰਤੀ। ਸਮੁੰਦਰ ਰਿਸ਼ੀ ਜੀ ਕਹਿਣ ਲੱਗੇ ਕਿ ਅਸੀਂ ਸੰਤ ਰੂਪ ਦੇ ਵਿੱਚ ਹਾਂ, ਸਾਡਾ ਇਹ ਧਰਮ ਨਹੀਂ, ਕਰਤੱਵ ਨਹੀਂ ਕਿ ਸ਼ਸਤਰ ਚੁੱਕ ਕੇ ਅਸੀਂ ਤੁਹਾਡੇ ਨਾਲ ਲੜ ਸਕੀਏ, ਕਿਉਂਕਿ ਸਾਡਾ ਕਰਮ ਕੇਵਲ ਪਰਮੇਸ਼ਰ ਦੀ ਬੰਦਗੀ ਕਰਨਾ ਹੈ, ਸਾਧਨਾ ਕਰਨਾ ਹੈ, ਸੰਤਗੀਰੀ ਦੇ ਮਿਜਾਜ ਨੂੰ ਧਾਰਨਾ ਹੈ। ਉਸ ਵਕਤ ਜਿਤਨੀ ਤਪੱਸਿਆ ਕੀਤੀ ਸੀ ਸਮੁੰਦਰ ਰਿਸ਼ੀ ਜੀ ਨੇ, ਉਸ ਤਪੱਸਿਆ ਦੇ ਬਲ ਨਾਲ ਉਹਨਾਂ ਨੇ ਜਦੋਂ ਸ਼ੇਰ ਦੀ ਖੱਲ ਜਿਹਦੇ 'ਤੇ ਉਹ ਬੈਠਦੇ ਸਨ ਉਹਨੂੰ ਝਾੜ ਕੇ ਆਪਣੇ ਪੂਰਨ ਤਪ ਦਾ ਪ੍ਰਭਾਵ ਪਾ ਕਰਕੇ ਦੁਸ਼ਟ ਦਮਨ ਜੀ ਨੂੰ ਪੈਦਾ ਕੀਤਾ। ਹੁਣ ਜੋ ਸਮੁੰਦਰ ਰਿਸ਼ੀ ਨੇ ਦੁਸ਼ਟ ਦਮਨ ਜੀ ਨੂੰ ਪੈਦਾ ਕੀਤਾ ਹੈ ਦਾਨਵਾਂ ਨਾਲ ਰਾਕਸ਼ਾਂ ਨਾਲ ਲੜਨ ਵਾਸਤੇ, ਕਿ ਉਹ ਸਮੁੰਦਰ ਰਿਸ਼ੀ ਆਪ ਖੁਦ ਉਹਨਾਂ ਦਾਨਵਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ, ਪਰ ਉਹਨਾਂ ਨੇ ਆਪਣੇ ਤਪ ਦੇ ਪ੍ਰਭਾਵ 'ਚੋਂ ਦੁਸ਼ਟ ਦਮਨ ਜੀ ਨੂੰ ਪੈਦਾ ਕੀਤਾ, ਕਿਉਂਕਿ ਲੜਨ ਦੀ ਪ੍ਰਕਿਰਿਆ ਕੇਵਲ ਸਿਪਾਹੀ ਵਿੱਚ ਹੁੰਦੀ ਹੈ, ਸੂਰਮੇ ਵਿੱਚ ਹੁੰਦੀ ਹੈ, ਸੰਤ ਦਾ ਧਰਮ ਨਹੀਂ ਹੈ। ਜਿਤਨੇ ਵੀ ਵਰਣ ਬਣਾਏ ਗਏ ਭਾਰਤੀ ਇਤਿਹਾਸ ਦੇ ਵਿੱਚ ਉਸ ਵਰਣ ਨੂੰ ਉਸ ਕਰਮ ਦੇ ਮੁਤਾਬਕ ਵੰਡ ਦਿੱਤਾ ਗਿਆ, ਔਰ ਉਹ ਕਰਮ ਕੇਵਲ ਉਸੇ ਵਰਣ ਦੇ ਲੋਕ ਕਰਦੇ ਨੇ, ਦੂਸਰੇ ਵਰਣ ਦੇ ਲੋਕ ਉਹ ਕਰਮ ਕਰਨ ਦਾ ਉਹਨਾਂ ਨੂੰ ਹੱਕ ਨਹੀਂ ਸੀ। ਲੜਨ ਵਾਸਤੇ ਤਿਨ੍ਹਾਂ ਨੇ ਦੁਸ਼ਟ ਦਮਨ ਜੀ ਨੂੰ ਪੈਦਾ ਕੀਤਾ, ਐਸਾ ਇਤਿਹਾਸ ਵਿੱਚ ਇਹ ਕਥਨ ਆਉਂਦਾ।
ਯਾਨੀ ਕਿ ਇੱਥੋਂ ਸਪਸ਼ਟ ਹੋ ਜਾਂਦਾ ਕਿ ਸੰਤ ਲੜ ਨਹੀਂ ਸਕਦਾ ਅਤੇ ਸਿਪਾਹੀ ਸੰਤਗਿਰੀ ਦੇ ਮਿਜਾਜ ਵਿੱਚ ਆ ਕਰਕੇ ਉਹ ਕਿਸੇ ਅਸਥਾਨ ਦੇ ਉੱਤੇ ਬੈਠ ਕੇ ਸੰਤ ਬਣ ਕੇ ਮਹੰਤੀ ਨਹੀਂ ਕਰ ਸਕਦਾ। ਦੋਨਾਂ ਦਾ ਕਰਮ ਵੱਖਰਾ ਵੱਖਰਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਖਾਲਸੇ ਪੰਥ ਦੀ ਸਾਜਨਾ ਕੀਤੀ ਅਤੇ ਪੰਥ ਦੀ ਸਾਜਨਾ ਕਰਕੇ ਗੁਰਦੇਵ ਨੇ ਜਿਹੜੀਆਂ ਦੋਨੇ ਬਿਰਤੀਆਂ ਨੇ ਸੰਤ ਅਤੇ ਸਿਪਾਹੀ ਦੀ ਬਿਰਤੀ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰ ਦਿੱਤਾ। ਉਹਦੇ ਲਈ ਕਾਰਨ ਸੀ, ਕੇਵਲ ਸੰਤਗੀਰੀ ਦੀ ਬਿਰਤੀ ਮਜ਼ਲੂਮ ਬਣ ਚੁੱਕੀ ਸੀ। ਸੰਤਗੀਰੀ ਦੀ ਬਿਰਤੀ ਕੇਵਲ ਤਾਂ ਕੇਵਲ ਮਜ਼ਲੂਮ ਜੀ ਬਣ ਗਈ ਸੀ, ਜਿਵੇਂ ਕੋਈ ਗਰੀਬੜਾ ਜਿਹਾ ਹੁੰਦਾ ਇੱਦਾਂ ਦੀ ਬਿਰਤੀ ਬਣ ਚੁੱਕੀ ਸੀ। ਔਰ ਸਿਪਾਹੀ ਪੁਣੇ ਦੀ ਬਿਰਤੀ ਜਰਵਾਣਾ ਬਣ ਚੁੱਕੀ ਸੀ, ਜ਼ੁਲਮ ਕਰ ਰਹੀ ਸੀ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਤ ਅਤੇ ਸਿਪਾਹੀ ਦੀ ਦੋਨੇ ਬਿਰਤੀਆਂ ਆਪਣੇ ਖਾਲਸੇ ਪੰਥ ਵਿੱਚ ਭਰ ਕੇ ਖਾਲਸੇ ਪੰਥ ਨੂੰ ਸੰਤ ਅਤੇ ਸਿਪਾਹੀ ਇਹ ਦੋਨੇ ਰੁਤਬੇ, ਇਹ ਦੋਨੇ ਉਪਾਧੀਆਂ ਆਪਣੇ ਪੰਥ ਨੂੰ ਬਖਸ਼ਿਸ਼ ਕੀਤੀਆਂ ਕਲਗੀਆਂ ਵਾਲੇ ਪਾਤਸ਼ਾਹ ਨੇ। ਮਹਾਰਾਜ ਜੀ ਦੇ ਸਮਕਾਲੀ ਕਵੀ ਨੇ ਬੜੇ ਸੁੰਦਰ ਬਚਨ ਕਹੇ ਨੇ। ਉਹ ਕਹਿੰਦੇ ਨੇ, ਸਾਧ ਮੇ ਨਾ ਸ਼ੇਰ ਪਨ, ਸ਼ੇਰ ਮੇ ਨਾ ਸਾਧ ਪਨ। ਇੱਕ ਸਾਧ ਸ਼ੇਰ ਨਹੀਂ ਬਣ ਸਕਦਾ। ਇੱਕ ਸਾਧ ਦੀ ਜਿਹੜੀ ਬਿਰਤੀ ਹੈ ਉਹ ਸ਼ੇਰ ਬਿਰਤੀ ਨਹੀਂ ਹੋ ਸਕਦੀ, ਅਤੇ ਜਿਹੜਾ ਸ਼ੇਰ ਹੁੰਦਾ ਉਹ ਸਾਧ ਨਹੀਂ ਬਣ ਕੇ ਬਹਿ ਸਕਦਾ। ਸਾਧੂ ਦੀ ਤਾਂ ਬਿਰਤੀ ਇਹ ਹੈ ਵੀ ਜੇ ਕੋਈ ਮੁੱਕੀਆਂ ਮਾਰ ਜਾਏ ਅਤੇ ਵਾਪਸ ਪਲਟ ਕੇ ਉਹਨੂੰ ਕੁਝ ਨਹੀਂ ਕਹਿਣਾ, ਸਗੋਂ ਉਹਨਾਂ ਦੇ ਪੈਰਾਂ 'ਤੇ ਸਿਰ ਰੱਖ ਕੇ ਮੱਥਾ ਟੇਕ ਕੇ ਉਹਨਾਂ ਨੂੰ ਨਮਸਕਾਰ ਕਰਨੀ। ਅਤੇ ਜਿਹੜਾ ਸ਼ੇਰ ਹੁੰਦਾ ਹੁਣ ਉਹਨੂੰ ਕੋਈ ਘੂਰੀ ਵੱਟ ਕੇ ਵੀ ਵੇਖੇ ਅਤੇ ਉਹ ਅਗਲਾ ਵੇਖਣ ਨਹੀਂ ਦਿੰਦਾ। ਦੋ ਬਿਰਤੀਆਂ ਨੇ ਨਾ, ਸਾਧੂ ਵਿੱਚ ਸ਼ੇਰ ਪੁਣਾ ਨਹੀਂ ਹੁੰਦਾ ਅਤੇ ਸ਼ੇਰ ਦੇ ਵਿੱਚ ਸਾਧੂ ਪੁਣਾ ਨਹੀਂ ਹੁੰਦਾ। ਪਰ ਹੇ ਕਲਗੀਆਂ ਵਾਲੇ ਸੁਆਮੀ ਜੀ, ਆਪ ਜੀ ਦਾ ਜਿਹੜਾ ਇਹ ਪੰਥ ਹੈ ਖਾਲਸਾ, ਇਹਦੇ ਵਿੱਚ ਮੈਨੂੰ ਦੋਨੇ ਹੀ ਬਿਰਤੀਆਂ ਨਜ਼ਰ ਆਉਂਦੀਆਂ ਨੇ। ਸਾਧ ਮੇ ਨਾ ਸ਼ੇਰ ਪਨ, ਸ਼ੇਰ ਮੇ ਨਾ ਸਾਧ ਪਨ, ਦੋਊਂ ਪਨ ਦੇਖੀਏ ਤਾਂ ਆਪ ਹੀ ਕੇ ਮਗ ਮੈਂ, ਪੜ੍ਹ ਕੇ ਤਿਹਾਰੀ ਬਾਨੀ, ਸ਼੍ਰੀ ਮਾਨ ਗੋਬਿੰਦ ਸਿੰਘ, ਜੀਵਨ ਮੁਕਤ ਹੋਏ ਰਹੇ ਜਗ ਮੈਂ। ਹੇ ਕਲਗੀਧਰ ਪਾਤਸ਼ਾਹ, ਆਪ ਜੀ ਦੀ ਵੀਰਸੀ ਬਾਣੀ ਸ਼੍ਰੀ ਦਸਮ ਦੀ ਬਾਣੀ ਨੂੰ ਪੜ੍ਹ ਕੇ ਜਿਹੜੇ ਸਾਧੂ ਨੇ ਉਹ ਸ਼ੇਰ ਬਿਰਤੀ ਅਤੇ ਸ਼ੇਰ ਜਿਹੜੇ ਨੇ ਉਹ ਸਾਧੂ ਬਿਰਤੀ ਦੇ ਧਾਰਨੀ ਹੋ ਗਏ ਨੇ। ਆਪ ਜੀ ਦੇ ਖਾਲਸੇ ਪੰਥ ਵਿੱਚ ਸੰਤ ਬਿਰਤੀ ਦਾ ਮਿਜਾਜ ਵੀ ਹੈ, ਆਪ ਜੀ ਦੇ ਖਾਲਸੇ ਪੰਥ ਦੇ ਵਿੱਚ ਸੂਰਮਤਾਈ ਦੀ ਜਿਹੜੀ ਬਿਰਤੀ ਹੈ ਇਹਦਾ ਵੀ ਮਿਜਾਜ ਹੈ। ਚਣੇ ਦਾ ਦਾਣਾ ਹੁੰਦਾ ਨਾ, ਜੇ ਦਲਿਆ ਹੋਵੇ, ਦੋ ਫਾੜ ਕੀਤਾ ਹੋਵੇ, ਉਹ ਕਦੇ ਉੱਗਦਾ ਨਹੀਂ, ਫਲੀ ਭੂਤ ਨਹੀਂ ਹੁੰਦਾ। ਪਰ ਜੇ ਚਣੇ ਦਾ ਦਾਣਾ ਸਾਬਤ ਹੋਵੇ ਤਾਂ ਉਹ ਪੌਦਾ ਬਣ ਜਾਂਦਾ। ਇਸੇ ਤਰ੍ਹਾਂ ਸੰਤਗਿਰੀ ਦੀ ਬਿਰਤੀ ਅਤੇ ਸਿਪਾਹੀਗਿਰੀ ਦੀ ਬਿਰਤੀ ਜਿਹੜੀ ਹੈ ਇਹਨਾਂ ਨੂੰ ਵੱਖਰਾ ਵੱਖਰਾ ਕਰ ਦਿੱਤਾ ਜਾਏ, ਅਲੱਗ ਅਲੱਗ ਕਰ ਦਿੱਤਾ ਜਾਵੇ, ਅਤੇ ਅੱਜ ਦੇ ਸਮੇਂ ਮੁਤਾਬਕ ਜਾਂ ਕਲਗੀਧਰ ਜੀ ਦੇ ਸਮੇਂ ਦੇ ਮੁਤਾਬਕ ਉਹ ਫਲੀਭੂਤ ਨਹੀਂ ਸੀ ਹੋ ਰਿਹਾ। ਗੁਰਦੇਵ ਨੇ ਦੋਨਾਂ ਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕਰਕੇ ਸੰਤ ਅਤੇ ਸਿਪਾਹੀ ਦੀ ਬਿਰਤੀ ਗੁਰੂ ਖਾਲਸੇ ਪੰਥ ਵਿੱਚ ਭਰ ਕੇ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਥਾਪਨਾ ਕੀਤੀ, ਖਾਲਸੇ ਪੰਥ ਦੀ ਸਾਜਨਾ ਕੀਤੀ। ਔਰ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਜਿੱਥੇ ਸੰਤ ਬਿਰਤੀ ਆ ਨਾਲ ਮਹਾਰਾਜ ਜੀ ਨੇ ਸ਼ਸਤਰਧਾਰੀ ਬਣਾਇਆ ਖਾਲਸੇ ਪੰਥ ਨੂੰ। ਆਖਿਆ ਜਿਹੜਾ ਮੇਰਾ ਖਾਲਸਾ ਹੈ ਉਹ ਸ਼ਸਤਰਧਾਰੀ ਵੀ ਹੋਵੇ। ਪ੍ਰੇਮ ਸਮਾਰਗ ਨਾਮਕ ਇੱਕ ਪੋਥੀ ਹੈ ਪੁਰਾਤਨ, ਉਹਦੇ ਵਿੱਚ ਖਾਲਸੇ ਪਦ ਦੇ ਜਿਹੜੇ ਅੱਖਰ ਨੇ ਤਿੰਨ, ਤਿੰਨਾਂ ਦੇ ਬੜੇ ਪਿਆਰੇ ਅਰਥ ਕੀਤੇ ਹੋਏ ਨੇ। ਖੱਖਾ, ਲੱਲਾ ਅਤੇ ਸੱਸਾ ਅੱਖਰ ਜਿਹੜਾ, ਉਹ ਕਹਿੰਦੇ ਖੰਘ ਨਾਮ ਯੋਗ ਕੋ ਬਖਾਨੀ ਹੈ। ਜਿਹੜਾ ਖਾਲਸੇ ਪਦ ਦਾ ਪਹਿਲਾ ਅੱਖਰ ਹੈ ਨਾ ਖੱਖਾ, ਇਹ ਹੈ ਯੋਗ, ਯਾਨੀ ਕਿ ਜੁੜਿਆ ਹੋਇਆ। ਖੇ ਨਾਮ ਆਕਾਸ਼ ਦਾ ਵੀ ਹੈ ਨਾ, ਆਕਾਸ਼ ਵਾਂਗੂ ਜਿਹੜਾ ਨਿਰਲੇਪ ਹੋਵੇ, ਆਕਾਸ਼ ਵਾਂਗੂ ਨਿਰਖੋਭ ਹੋਵੇ,
ਜਿਹੜਾ ਆਕਾਸ਼ ਵਾਂਗੂ ਨਿਰਲੇਪ ਅਤੇ ਨਿਰਖੋਭ ਹੋਵੇ ਉਹਨੂੰ ਕਹਿੰਦੇ ਨੇ ਖੇ ਖਾਲਸਾ। ਖੇ ਅੱਖਰ ਦਾ ਇਹ ਵਿਸਥਾਰ ਕਰਦੇ ਆ ਕਿ ਜਿਹੜਾ ਆਕਾਸ਼ ਵਾਂਗੂ ਨਿਰਖੋਭ ਅਤੇ ਨਿਰਲੇਪ ਹੈ ਉਹ ਖਾਲਸਾ ਹੈ। ਖਾਲਸੇ ਵਿੱਚ ਸਭ ਤੋਂ ਪਹਿਲਾ ਗੁਣ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਇਹ ਆਕਾਸ਼ ਵਾਂਗੂ ਨਿਰਲੇਪ ਹੈ, ਕਿਸੇ ਚੀਜ਼ ਵਿੱਚ ਲਿਪਾਏਮਾਨ ਨਹੀਂ ਹੁੰਦਾ। ਤਿਆਗ ਦੀ ਜਿਹਨੂੰ ਬਿਰਤੀ ਕਹਿੰਦੇ ਨਾ, ਤਿਆਗ ਦੀ ਬਿਰਤੀ ਉਹ ਖਾਲਸੇ ਪੰਥ 'ਚ ਗੁਰਦੇਵ ਨੇ ਪਹਿਲਾਂ ਭਰੀ ਹੈ। ਇਹ ਲੰਪਟ ਨਹੀਂ ਹੈ, ਇਹ ਲੋਭੀ ਨਹੀਂ ਹੈ, ਆਕਾਸ਼ ਵਾਂਗੂ ਨਿਰਖੋਭ ਹੈ, ਆਕਾਸ਼ ਵਾਂਗੂ ਨਿਰਲੇਪ ਹੈ। ਜੋ ਆਕਾਸ਼ ਵਾਂਗੂ ਨਿਰਖੋਭ ਅਤੇ ਨਿਰਲੋਪ ਨਿਰਲੇਪ ਹੈ ਉਹਨੂੰ ਕਹਿੰਦੇ ਨੇ ਖਾਲਸਾ। ਜਦੋਂ ਖਾਲਸੇ ਪੰਥ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਪੰਥ ਦੇ ਇਤਿਹਾਸ ਵਿੱਚ ਐਸਾ ਬਚਨ ਆਉਂਦਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਖਾਲਸੇ ਨੇ ਨਿਸ਼ਾਨ ਚੁਲਾ ਲਏ। ਮਹਾਰਾਜ ਗੁਰੂ ਪਾਤਸ਼ਾਹ ਦੇ ਪਾਵਨ ਅਸਥਾਨ ਉਹਨਾਂ ਦੀ ਸੇਵਾ ਸੰਭਾਲ ਜਥੇਦਾਰ ਬਘੇਲ ਸਿੰਘ ਹੋਣਾ ਨੇ ਕਰਵਾਈ ਅਤੇ ਕੁਝ ਸਮਾਂ ਉੱਥੇ ਰਹੇ। ਜਦੋਂ ਸਿੰਘਾਂ ਨੇ ਵੇਖਿਆ ਕਿ ਜੋੜ ਮੇਲਾ ਆ ਰਿਹਾ ਵਿਸਾਖੀ ਦਾ ਜਾਂ ਦੀਵਾਲੀ ਦਾ ਜੋੜ ਮੇਲਾ ਆਉਂਦਾ ਜਾਂ ਹੋਲੇ ਮਹੱਲੇ ਦਾ ਸਮਾਗਮ ਆਉਂਦਾ ਅਤੇ ਦਿੱਲੀ ਤੋਂ ਵਾਪਸ ਆ ਜਾਂਦੇ ਜੋੜ ਮੇਲਾ ਮਨਾਉਣ ਵਾਸਤੇ। ਇੱਕ ਵਿਦਵਾਨ ਨੇ ਉਸ ਵੇਲੇ ਦੀ ਬਿਥਿਆ ਨੂੰ ਲਿਖਿਆ, ਉਹ ਕਹਿੰਦਾ ਵੀ ਉਹ ਜਿਹੜੇ ਸਿੰਘ ਸੀ ਨਾ ਉਹ ਸਿੱਧੇ ਸਾਧੇ ਸੀ, ਉਹਨਾਂ ਨੂੰ ਰਾਜਨੀਤੀ ਦਾ ਨਹੀਂ ਸੀ ਪਤਾ, ਇਸ ਕਰਕੇ ਉੱਥੋਂ ਰਾਜ ਭਾਗ ਛੱਡ ਕੇ ਮੁੜ ਕੇ ਪੰਜਾਬ ਨੂੰ ਆ ਜਾਂਦੇ ਸੀ ਵੀ ਜੋੜ ਮੇਲਾ ਮਨਾ ਲਈਏ। ਦਰਅਸਲ ਉਹ ਸਿੰਘ ਜਿਹੜੇ ਉਹ ਸਿੱਧੇ ਸਾਧੇ ਨਹੀਂ ਸਨ, ਰਾਜਨੀਤੀ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਆਉਂਦੀ ਸੀ। ਦਰਅਸਲ ਉਸ ਖਾਲਸੇ ਵਿੱਚ ਸਿੰਘਾਂ ਵਿੱਚ ਤਿਆਗ ਦੀ ਬਿਰਤੀ ਸੀ। ਉਹ ਕਹਿੰਦੇ ਗੁਰੂ ਪਾਤਸ਼ਾਹ ਦਾ ਜੋੜ ਮੇਲਾ ਮਨਾਉਣਾ, ਦਿੱਲੀ ਦਾ ਕੀ ਆ, ਪਕੜ ਨਹੀਂ ਰੱਖੀ ਨਾ ਰਾਜ ਦੇ ਉੱਤੇ ਵੀ ਚਲੋ ਇਹ ਤਾਂ ਸਾਡੇ ਅਧੀਨ ਹੋ ਕੇ ਜੋ ਇਹਨਾਂ ਨੂੰ ਕਹਿੰਦੇ ਅਸੀਂ ਕਰਾ ਹੀ ਲੈਂਦੇ ਹਾਂ। ਉਹ ਵਾਪਸ ਆ ਜਾਂਦੇ ਜੋੜ ਮੇਲਾ ਮਨਾਉਣ ਵਾਸਤੇ, ਦਿੱਲੀ ਦਾ ਤਖ਼ਤ ਛੱਡ ਕੇ ਆ ਜਾਂਦੇ। ਯਾਨੀ ਕਿ ਤਿਆਗ ਦੀ ਬਿਰਤੀ ਹੈ ਖਾਲਸੇ ਵਿੱਚ, ਲੰਪਟ ਨਹੀਂ ਹੈ ਖਾਲਸਾ, ਲਿਪਾਏਮਾਨ ਨਹੀਂ ਹੁੰਦਾ ਖਾਲਸਾ। ਫਿਰ ਕੋਈ ਸਵਾਲ ਕਰੇ ਵੀ ਜੇ ਖਾਲਸਾ ਲਿਪਾਏਮਾਨ ਨਹੀਂ ਹੈ ਤਾਂ ਖਾਲਸਾ ਰਾਜ ਕਰਨ ਦੀ ਇੱਛਾ ਕਿਉਂ ਰੱਖਦਾ ਬਈ? ਕਿਉਂ ਰੋਜ਼ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਕਿਉਂ ਇਹ ਦੋਹਰਾ ਰੋਜ਼ ਕਿਉਂ ਪੜ੍ਹਿਆ ਜਾਂਦਾ, ਇਹ ਪੰਕਤੀਆਂ ਕਿਉਂ ਪੜ੍ਹੀਆਂ ਜਾਂਦੀਆਂ ਨੇ? ਵੀ ਜੇ ਖਾਲਸਾ ਆਕਾਸ਼ ਵਾਂਗੂ ਨਿਰਲੇਪ ਹੈ, ਇਹ ਯੋਗੀ ਹੈ, ਤਿਆਗੀ ਹੈ, ਇਹਨੂੰ ਰਾਜ ਕਰਨ ਦੀ ਇੱਛਾ ਹੀ ਨਹੀਂ ਹੈ, ਤਾਂ ਫਿਰ ਇਹ ਰਾਜ ਮੰਗਦੇ ਕਿਉਂ ਨੇ, ਕਿਉਂ ਕਹਿੰਦੇ ਅਸੀਂ ਰਾਜ ਕਰਨਾ? ਕੋਈ ਸਵਾਲ ਕਰ ਸਕਦਾ ਨਾ, ਪੁੱਛ ਸਕਦਾ ਕੋਈ ਵੀ ਇਹ ਤਾਂ ਤਿਆਗੀ ਹੁੰਦੇ ਨੇ, ਇਹਨਾਂ ਨੂੰ ਰਾਜ ਭਾਗ ਦੀ ਕੀ ਜ਼ਰੂਰਤ ਹੈ? ਉਹ ਫਿਰ ਅੱਗੇ ਜਿਹੜਾ ਲੱਲਾ ਅੱਖਰ ਹੈ ਨਾ ਉਹਦਾ ਬੜਾ ਪਿਆਰਾ ਅਰਥ ਕਰਦੇ। ਉਹ ਕਹਿੰਦੇ ਲੰਘ ਨਾਮ ਭੋਗ ਕੋ ਬਖਾਨੀਆਂ, ਇਹ ਲੈਤਾ ਦੀ ਬਿਰਤੀ ਵੀ ਰੱਖਦਾ। ਜੇ ਇਹਦੇ ਅੰਦਰ ਨਿਰਬਿਰਤੀ ਹੈ ਨਾ ਪਹਿਲਾਂ ਯੋਗ ਵਾਂਗੂ, ਗਿਆਨੀਆਂ ਵਾਂਗੂ, ਤੱਤਵ ਗਿਆਨੀਆਂ ਵਾਂਗੂ, ਅਤੇ ਫਿਰ ਇਹਨਾਂ ਦੇ ਅੰਦਰ ਰਾਜ ਕਰਨ ਦੀ ਜਿਹੜੀ ਬਿਰਤੀ ਹੈ, ਲੈਤਾ ਵਾਲੀ ਪ੍ਰਵਿਰਤੀ ਦੀ ਬਿਰਤੀ ਵੀ ਰੱਖਦੇ ਨੇ। ਪਾਤਸ਼ਾਹ ਦੇ ਬਚਨ ਗੁਰਮੁਖ ਪਰਵਿਰਤ ਨਿਰਵਿਰਤ ਪਛਾਣਾ, ਪ੍ਰਵਿਰਤੀ ਅਤੇ ਨਿਰਵਿਰਤੀ ਦੋਨਾਂ ਨੂੰ ਪਛਾਣਦਾ ਜਿਹੜਾ ਗੁਰਮੁਖ ਹੈ। ਅਤੇ ਜੇ ਨਿਰਵਿਰਤੀ ਦੀ ਬਾਤ ਕਰ, ਨਿਰਵਿਰਤੀ ਪਹਿਲਾਂ ਆ, ਮੁੜ ਕੇ ਜੇ ਪ੍ਰਵਿਰਤੀ ਦੀ ਜ਼ਰੂਰਤ ਪਵੇ ਤਾਂ ਉਹ ਇੱਛਾ ਵੀ ਰੱਖਦੇ ਨੇ, ਇਹ ਰਾਜ ਕਰਨ ਦੀ ਇੱਛਾ ਵੀ ਰੱਖਦੇ ਨੇ। ਤਦੇ ਰੋਜ਼ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਕਿਉਂਕਿ ਇਹ ਰਾਜ ਦੇ ਵਿੱਚ ਰਹਿੰਦੇ ਹੋਇਆਂ ਵੀ ਖਾ ਆਕਾਸ਼ ਵਾਂਗੂ ਨਿਰਲੇਪ ਨੇ, ਰਾਜ ਕਰਦੇ ਨੇ ਪਰ ਰਾਜ ਕਰਦਿਆਂ ਹੋਇਆਂ ਲੰਪਟ ਨਹੀਂ ਹੁੰਦੇ, ਰਾਜ ਕਰਦਿਆਂ ਹੋਇਆਂ ਇਹ ਵਿਭਚਾਰੀ ਨਹੀਂ ਹੁੰਦੇ। ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਿਤੇ ਐਸਾ ਹੋਣ ਵੀ ਲੱਗੇ ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ, ਨਿਹੰਗ ਸਿੰਘ ਜੀ ਨੇ ਉਸੇ ਵੇਲੇ ਸੱਦ ਲਿਆ ਅਕਾਲ ਤਖ਼ਤ ਸਾਹਿਬ 'ਤੇ, ਆ ਜਾਓ ਸ਼ੇਰੇ ਪੰਜਾਬ ਜੀ, ਬੰਨੋ ਇਹਨੂੰ ਮੁਸ਼ਕਾਂ, ਬੰਨ ਕੇ ਕੋਰੜੇ ਮਾਰੋ।
ਅਤੇ ਆਪ ਹੀ ਪਿਛਲੇ ਬਾਹਾਂ ਖੜ ਕੇ ਖਲੋ ਗਏ, ਕਹਿੰਦੇ ਚਲੋ ਹੁਣ ਖਿਮਾ ਕਰ ਦਿਓ, ਜਿਹਨੇ ਆਪਣਾ ਆਪ ਪੇਸ਼ ਕਰ ਦਿੱਤਾ। ਇਹ ਜੇ ਰਾਜ ਵੀ ਕਰਦਾ ਅਤੇ ਨਿਰਵਿਰਤ ਹੋ ਕੇ ਕਰਦਾ, ਉਹਦੇ ਵਿੱਚ ਪੂਰਨ ਤੌਰ 'ਤੇ ਲੰਪਟ ਹੋ ਕੇ ਰਾਜ ਨਹੀਂ ਕਰਦਾ। ਰਾਜ ਦੀ ਇੱਛਾ ਇਸ ਕਰਕੇ ਕਰਦਾ ਕਿਉਂਕਿ ਹਲੇਮੀ ਰਾਜ ਕਰਨ ਦੀ ਇੱਛਾ ਹੈ ਖਾਲਸੇ ਵਿੱਚ, ਉਹ ਰਾਜ ਕਰਨ ਦੀ ਬਿਰਤੀ ਨਹੀਂ ਕਿ ਜਿਹਦੇ ਵਿੱਚ ਅਸੀਂ ਰਾਜੇ ਹਾਂ ਬਾਦਸ਼ਾਹ ਅਤੇ ਲੋਕਾਂ ਨੂੰ ਆਪਣੇ ਗੁਲਾਮ ਕਰਕੇ ਸਮਝਣਾ, ਐਸੀ ਬਿਰਤੀ ਨਹੀਂ ਹੈ ਖਾਲਸੇ ਵਿੱਚ। ਹਲੇਮੀ ਦਾ ਰਾਜ ਕਰਨ ਦੀ ਬਿਰਤੀ ਹੈ ਖਾਲਸੇ ਪੰਥ ਵਿੱਚ। ਕਹਿੰਦੇ ਜਿੱਥੇ ਇਹ ਲਇਤਾ ਦੀ ਬਿਰਤੀ ਵੀ ਰੱਖਦਾ, ਫਿਰ ਤੀਸਰਾ ਹੈ ਸਾਰ ਸੰਘਰਣੀ ਤਾਰ, ਸੱਸਾ ਅੱਖਰ ਹੈ ਨਾ ਤੀਸਰਾ, ਇਹਦਾ ਮਤਲਬ ਹੈ ਵੀ ਇਹ ਸ਼ਸਤਰਾਂ ਨੂੰ ਧਾਰਨ ਕਰਨ ਵਾਲਾ, ਸਰਬਲੋਹ ਦੇ ਨਾਲ ਪਿਆਰ ਕਰਨ ਵਾਲਾ, ਸਰਬਲੋਹ ਦੇ ਨਾਲ ਇਹਦੀ ਪ੍ਰੀਤ ਹੁੰਦੀ ਹੈ, ਸਰਬਲੋਹ ਕੇ ਪਿਆਰੇ, ਸਰਬਲੋਹ ਦੇ ਨਾਲ ਇਹਨਾਂ ਦਾ ਪ੍ਰੇਮ ਹੈ, ਸ਼ਸਤਰਾਂ ਦੇ ਨਾਲ ਇਹਨਾਂ ਦਾ ਪ੍ਰੇਮ ਹੈ ਖਾਲਸੇ ਪੰਥ ਦਾ। ਮਹਾਂਪੁਰਸ਼ ਕਵਿਥਿਆ ਦੱਸਦੇ ਹੈ, ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ ਅਤੇ ਦਸ਼ਮੇਸ਼ ਪਿਤਾ ਦਾ ਹੁਕਮ ਸੀ ਸਿੰਘਾਂ ਨੂੰ, ਸੰਗਤ ਨੂੰ ਵੀ ਸਾਡੇ ਲਈ ਵਧੀਆ ਵਧੀਆ ਸ਼ਸਤਰ ਲੈ ਕੇ ਆਓ ਜਿਹਨੇ ਸਾਡੀਆਂ ਖੁਸ਼ੀਆਂ ਲੈਣੀਆਂ, ਘੋੜੇ ਲੈ ਕੇ ਆਓ। ਇੱਕ ਸਿੰਘ ਮਾਇਆ ਲੈ ਕੇ ਆਇਆ, 500 ਰੁਪਈਏ ਦੀ ਥੈਲੀ ਮਹਾਰਾਜ ਗੁਰੂ ਕਲਗੀਧਰ ਜੀ ਦੇ ਅੱਗੇ ਰੱਖੀ, ਨਮਸਕਾਰ ਕੀਤੀ, ਸਤਿਗੁਰਾਂ ਨਹੀਂ ਤੱਕਿਆ ਉਹਦੇ ਵੱਲ ਵੀ ਕੌਣ ਹੈ ਕਿੱਥੋਂ ਆਇਆ, ਨਾ ਉਹਨੂੰ ਪੁੱਛਿਆ। ਅਤੇ ਉਸ ਵਕਤ ਇੰਨੇ ਨੂੰ ਇੱਕ ਸਿੱਖ, ਉਹਨੇ ਬੜੀ ਸੋਹਣੀ ਤਲਵਾਰ ਮਹਾਰਾਜ ਕਲਗੀਧਰ ਜੀ ਨੂੰ ਭੇਟ ਕੀਤੀ। ਮਹਾਰਾਜ ਜੀ ਨੇ ਮਿਆਨ 'ਚੋਂ ਤਲਵਾਰ ਕੱਢੀ ਅਤੇ ਮਿਆਨ ਦੇ ਵਿੱਚੋਂ ਕੱਢ ਕੇ ਤਲਵਾਰ ਵੇਖਣ ਲੱਗ ਪਏ, ਬੜੀ ਸੋਹਣੀ ਬਣੀ। ਅਤੇ ਮਹਾਰਾਜ ਜੀ ਕਹਿੰਦੇ ਬੜੀ ਸੁੰਦਰ ਬਣੀ ਆ, ਸਿੱਖਾ ਕਿੱਥੋਂ ਬਣਵਾਈ, ਕਿਹੜੇ ਕਾਰੀਗਰ ਨੇ ਬਣਾਈ ਆ, ਕਿਹੜਾ ਲੋਹਾ। ਪਾਤਸ਼ਾਹ ਪਰਖਦੇ ਆ ਵੇਖਦੇ ਆ, ਅਤੇ ਮਹਾਰਾਜ ਜੀ ਕਹਿੰਦੇ ਸਿੱਖਾ ਬੜੀ ਸੋਹਣੀ ਤਲਵਾਰ, ਤੇਰੇ 'ਤੇ ਖੁਸ਼ੀਆਂ, ਬੜੀ ਸੋਹਣੀ ਤਲਵਾਰ ਭੇਟ ਕੀਤੀ ਆ, ਤੇਰਾ ਲੋਕ ਵੀ ਸੁਖੀ ਪਰ ਲੋਕ ਵੀ ਸੁਹੇਲਾ। ਹੁਣ ਜਿਹਨੇ 500 ਰੁਪਈਏ ਦੀ ਥੈਲੀ ਰੱਖੀ ਉਹ ਵੇਖੀ ਜਾਏ ਵੀ ਮੈਨੂੰ ਪੁੱਛਿਆ ਵੀ ਨਹੀਂ, ਮੈਂ ਇਹੋ ਜਿਹੇ 500 ਰੁਪਏ ਦੀਆਂ ਇੱਦਾਂ ਦੀਆਂ ਕਈ ਤਲਵਾਰਾਂ ਆ ਜਾਣੀਆਂ, 500 ਰੁਪਈਆ ਬੜਾ ਸੀ ਉਹਨਾਂ ਵੇਲਿਆਂ 'ਚ, ਵੀ ਮੇਰੇ ਵੱਲ ਵੇਖਿਆ ਵੀ ਨਹੀਂ, ਪੁੱਛਿਆ ਵੀ ਨਹੀਂ ਕੌਣ ਹੈ ਕਿੱਥੋਂ ਆਇਆ, ਇਹਦੇ 'ਤੇ ਇੰਨੀਆਂ ਖੁਸ਼ੀਆਂ ਕਰੀ ਜਾਂਦੇ ਨੇ, ਇਹਨਾਂ ਨੂੰ ਕਦਰ ਨਹੀਂ। ਉਹਨੇ ਉਹ ਥੈਲੀ ਚੁੱਕ ਲਈ ਮਹਾਰਾਜ ਜੀ ਦੇ ਕੋਲੋਂ ਅਤੇ ਚੁੱਕ ਕੇ ਨਾ ਸ਼ੰਕਾ ਕਰਕੇ ਮਨ 'ਚ ਵਾਪਸ ਤੁਰ ਪਿਆ। ਜਿਹੜੇ ਸਿੰਘ ਨੇ ਤਲਵਾਰ ਦਿੱਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਇਹ ਸ਼ੰਕਾ ਕਰਕੇ ਚਲਾ ਗਿਆ, ਤਲਵਾਰ ਉਹਨੂੰ ਹੀ ਫੜਾ ਕੇ ਨਾ ਜਿਹੜੇ ਸਿੰਘ ਨੇ ਤਲਵਾਰ ਭੇਟ ਕੀਤੀ ਸੀ। ਪੂਰਨ ਗੁਰੂ ਦੀ ਇਹ ਮਰਿਆਦਾ ਹੈ ਕਿ ਉਹ ਆਪਣੇ ਸਿੱਖ ਦੇ ਹਿਰਦੇ 'ਚ ਸ਼ੰਕਾ ਨਹੀਂ ਰਹਿਣ ਦਿੰਦਾ, ਭਰਮ ਨਹੀਂ ਰਹਿਣ ਦਿੰਦਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘ ਨੂੰ ਆਖਿਆ ਭਾਈ ਇਹ ਤਲਵਾਰ ਲੈ ਜਾ। ਅਤੇ ਸਿੰਘ ਜਦੋਂ ਦਰਿਆ ਦੇ ਕੋਲ ਪਹੁੰਚੇ ਨਾ ਸਤਲੁਜ ਦੇ ਕੋਲ, ਇਹਨੂੰ ਪਾਰ ਨਹੀਂ ਕਰਨ ਦੇਣਾ, ਇਹੀ ਤਲਵਾਰ ਦੇ ਇਹਨੂੰ ਅੱਗੇ ਲਾ ਕੇ ਅਤੇ ਥੈਲੀ ਜਿਹੜੀ ਚੁੱਕ ਕੇ ਲੈ ਗਏ ਇਹਦੇ ਹੱਥੋਂ ਖੋਹ ਕੇ ਨਾਲ ਲੈ ਕੇ ਆਈ ਸਾਡੇ ਕੋਲ। ਉਹ ਸਿੰਘ ਵੀ ਪਿੱਛੇ ਪਿੱਛੇ ਚੱਲ ਪਿਆ। ਜਦੋਂ ਦਰਿਆ ਪਾਰ ਕਰਨ ਵਾਸਤੇ ਮਲਾਹ ਦੇ ਕੋਲ ਜਾਣ ਲੱਗਾ, ਸਿੰਘ ਨੇ ਤਲਵਾਰ ਕੱਢੀ ਮਿਆਨ 'ਚੋਂ ਅਤੇ ਸਾਹਮਣੇ ਕਰ ਲਈ, ਕਹਿੰਦਾ ਠਹਿਰ ਜਾ ਵੀ ਪਹਿਲਾਂ ਤਾਂ ਜਿਹੜੀ ਥੈਲੀ ਹੈ 500 ਰੁਪਈਏ ਦੀ ਦੇ ਮੈਨੂੰ। ਉਹਨੇ ਡਾਲੇ ਕੰਬੀ ਜਿਹੇ ਤਲਵਾਰ ਸਾਹਮਣੇ ਵੇਖ ਕੇ ਨੰਗੀ, ਪਰਮਾਤਮਾ ਦੀ ਸ਼ਕਤੀ ਦੇ ਦਰਸ਼ਨ ਕਰਕੇ ਤਲਵਾਰ ਦੇ ਰੂਪ ਦੇ ਵਿੱਚ ਉਹ ਭੈ ਪੀਤ, ਉਹਨੇ ਕਹਿੰਦਾ ਮਾਰਿਓ ਨਾ ਲੈ ਲਓ, 500 ਰੁਪਏ ਦੀ ਥੈਲੀ ਵੀ ਦੇ ਦਿੱਤੀ। ਕਹਿੰਦੇ ਇਕੱਲੀ ਨਹੀਂ ਚਾਹੀਦੀ, ਤੂੰ ਵੀ ਅੱਗੇ ਲੱਗ ਕੇ ਟੁਰ। ਉਹਨੂੰ ਵੀ ਟੋਰ ਲਿਆ ਅਤੇ ਕਲਗੀਧਰ ਜੀ ਕੋਲ ਲੈ ਆਏ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਹੱਸ ਪਏ, ਕਹਿੰਦੇ ਹੁਣ ਦੱਸ ਭਾਈ ਇਹ ਤੇਰਾ 500 ਰੁਪਈਆ ਜ਼ਿਆਦਾ ਮਾਇਨੇ ਰੱਖਦਾ ਜਾਂ ਇਹ ਤਲਵਾਰ ਜ਼ਿਆਦਾ ਮਾਇਨੇ ਰੱਖਦੀ ਹੈ। ਕਹਿੰਦਾ ਮਹਾਰਾਜ ਇਹ ਤਲਵਾਰ ਜ਼ਿਆਦਾ ਮਾਇਨੇ ਰੱਖਦੀ ਹੈ। ਪਾਤਸ਼ਾਹ ਕਹਿੰਦੇ ਜਿਹੜੀ ਤਲਵਾਰ ਹੈ ਨਾ ਇਹ ਤੇਗ, ਇਹ ਸ਼ਕਤੀ ਆ ਅਕਾਲ ਪੁਰਖ ਦੀ, ਇਹਦੇ ਅਧੀਨ ਹੈ ਇਹ ਸਾਰਾ ਕੁਝ, ਜਿੰਨੀ ਮਾਇਆ ਸੰਪਦਾ ਵਿਭੂਤੀ ਸਭ ਕੁਝ ਇਹਦੇ ਅਧੀਨ ਹੈ, ਇਹਦੇ ਅਧੀਨ ਦੋਵਾਂ ਜਹਾਨਾਂ ਦਾ ਰਾਜ ਵੀ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ, ਇਹ ਸ਼ਸਤਰਾਂ ਦੇ ਅਧੀਨ ਹੈ ਸਾਰਾ ਕੁਝ। ਇਸ ਕਰਕੇ ਅਸੀਂ ਸ਼ਸਤਰਾਂ ਦੀ ਵਡਿਆਈ ਕੀਤੀ ਹੈ, ਸ਼ਸਤਰਾਂ ਦੀ ਸੋਭਾ ਕੀਤੀ ਹੈ।
ਖਾਲਸਾ ਜਿਹੜਾ ਉਹ ਸ਼ਸਤਰਾਂ ਨਾਲ ਪਿਆਰ ਕਰਨ ਵਾਲਾ। ਇੱਕ ਹੋਰ ਇਤਿਹਾਸਕ ਘਟਨਾ ਆਉਂਦੀ, ਕਈ ਪੰਡਿਤ ਇਕੱਠੇ ਹੋ ਕੇ ਆ ਗਏ ਕਲਗੀਧਰ ਜੀ ਕੋਲ। ਮਹਾਰਾਜ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਵੀ ਤੁਸੀਂ ਤਾਂ ਸਾਨੂੰ ਦਾਨ ਦੇਣਾ ਹੀ ਬੰਦ ਕਰਤਾ, ਅਤੇ ਜਿਹੜੇ ਤੁਹਾਡੇ ਸਿੰਘ ਨੇ ਇਹ ਵੀ ਸਾਨੂੰ ਦਾਨ ਨਹੀਂ ਕਰਦੇ। ਜਦੋਂ ਇਹਨਾਂ ਨਾਲ ਗੱਲਬਾਤ ਕਰੀਏ ਵੀ ਦਾਨ ਕਰੋ, ਕਹਿੰਦੇ ਦਾਨ ਤਾਂ ਖਾਲਸੇ ਨੂੰ ਦਿੱਤਾ ਫਲੀਭੂਤ ਹੁੰਦਾ, ਅਸੀਂ ਨਹੀਂ ਬਾਹਮਣਾਂ ਨੂੰ ਦਾਨ ਕਰਨਾ। ਅਤੇ ਮਹਾਰਾਜ ਜੀ ਹੁਣ ਸਾਡਾ ਰੋਟੀ ਪਾਣੀ ਕਿਵੇਂ ਚੱਲੇ? ਕਲਗੀਧਰ ਪਾਤਸ਼ਾਹ ਕਹਿੰਦੇ, ਚਲੋ ਭਾਈ ਜੇ ਆ ਗਏ ਉਹ ਸ਼ਰਨ ਵਿੱਚ ਦਾਨ ਲੈਣ, ਅਤੇ ਹੁਕਮ ਕੀਤਾ ਖਜ਼ਾਨਚੀ ਨੂੰ ਕਿ ਸਵਾ ਮਣ ਮਾਵਾਂ ਦੀ ਦਾਲ ਅਤੇ ਸਵਾ ਮਣ ਲੋਹਾ ਦਾਨ ਕਰ ਦਿਓ ਪੰਡਤਾਂ ਨੂੰ। ਹੁਣ ਉਹ ਵੇਖੀ ਜਾਣ ਵੀ ਸਵਾ ਮਣ ਮਾਵਾਂ ਦੀ ਦਾਲ ਅਤੇ ਸਵਾ ਮਣ ਲੋਹਾ ਲੈ ਤਾਂ ਲਿਆ ਉਹਨਾਂ ਨੇ ਚੁੱਪ ਕਰਕੇ, ਵੀ ਚਲੋ ਦਾਨ 'ਚ ਜੋ ਮਿਲਦਾ ਉਹ ਲੈ ਲਓ ਜੋ ਦਾਨ 'ਚ ਹੀ ਮਿਲ ਰਿਹਾ। ਪਰ ਮਨ 'ਚ ਮਯੂਸੀ ਜੀ ਕਰਕੇ ਵੀ ਇਹ ਲੋਹਾ ਅਸੀਂ ਕੀ ਕਰਨਾ, ਅਤੇ ਦਾਲ ਹੁਣ ਕਿਸੇ ਨੂੰ ਮਾਵਾਂ ਦੀ ਹਜ਼ਮ ਹੁੰਦੀ ਕਿਸੇ ਨੂੰ ਨਹੀਂ ਹੁੰਦੀ, ਵੀ ਇਹ ਵੀ ਸਾਡੇ ਕਿਹੜੇ ਕੰਮ ਦੀ ਬਾਹਰ ਨੂੰ ਤੁਰੇ ਜਾਣ। ਅੱਗੇ ਸਿੰਘਾਂ ਨੇ ਵੇਖ ਲਿਆ, ਉਹਨਾਂ ਆਖਿਆ ਉਹ ਪੰਡਤ ਉਹ ਕਿੱਧਰ ਤੁਰੇ ਜਾਂਦੇ ਜੇ? ਕਹਿੰਦੇ ਜੀ ਆਹ ਦਾਲ ਦਿੱਤੀ ਕਲਗੀਧਰ ਨੇ ਮਾਵਾਂ ਦੀ ਸਵਾ ਮਣ ਅਤੇ ਆ ਲੋਹਾ। ਕਹਿੰਦੇ ਤੁਸੀਂ ਕੌਣ ਹੁੰਦੇ ਹੋ ਸਤਿਗੁਰਾਂ ਦਾ ਦਾਨ ਲੈਣ ਵਾਲੇ? ਖੋਹ ਲਿਆ ਉਹਨਾਂ ਕੋਲ ਉਹ ਮਾਵਾਂ ਦੀ ਜਿਹੜੀ ਦਾਲ ਸੀ, ਸਿੰਘਾਂ ਨੇ ਬੜੇ ਬਣਾਏ, ਦਹੀਂ 'ਚ ਪਾਏ, ਆਨੰਦ ਨਾਲ ਛਕ ਲਏ, ਅਤੇ ਜਿਹੜਾ ਲੋਹਾ ਸੀ ਉਹਦੇ ਸ਼ਸਤਰ ਬਣਾ ਕੇ ਵਧੀਆ ਵਧੀਆ ਸਿੰਘਾਂ ਨੇ ਸ਼ਿਕਲੀਗਰਾਂ ਕੋਲੋਂ ਗਾਤਰੇ ਪਾ ਲਏ। ਕਲਗੀਧਰ ਜੀ ਨੂੰ ਪਤਾ ਲੱਗਾ, ਮਹਾਰਾਜ ਜੀ ਬੜੇ ਖੁਸ਼ ਹੋਏ, ਕਹਿੰਦੇ ਇਸ ਲੋਹੇ ਦਾ ਇਹਨਾਂ ਬਾਹਮਣਾਂ ਨੂੰ ਕੀ ਪਤਾ ਸੀ ਵੀ ਲੋਹੇ ਦੀ ਕੀ ਸਾਰ ਹੈ? ਇਹਦੀ ਤਾਂ ਛੱਤਰੀ ਜਾਣ ਸਕਦਾ ਨਾ ਵੀ ਇਹਦੀ ਸਾਰ ਕੀ ਹੈ ਸਰਬ ਲੋਹ ਦੀ ਸ਼ਸਤਰਾਂ ਦੀ। ਤੋ ਖਾਲਸਾ ਸ਼ਸਤਰਾਂ ਨਾਲ ਪ੍ਰੇਮ ਕਰਨ ਵਾਲਾ ਜਿਹੜਾ ਸ਼ਸਤਰਧਾਰੀ ਹੈ ਉਹਨੂੰ ਕਹਿੰਦੇ ਨੇ ਖਾਲਸਾ। ਇਹ ਤਿੰਨ ਪਦਾਂ ਦੇ ਅਰਥ ਨੇ। ਤੋ ਇਹ ਬਿਰਤੀਆਂ ਮਹਾਰਾਜ ਜੀ ਨੇ ਆਪਣੇ ਪੰਥ ਦੇ ਵਿੱਚ ਭਰੀਆਂ, ਸੰਤ ਬਿਰਤੀ ਵੀ ਭਰੀ ਅਤੇ ਸਿਪਾਹੀ ਦੀ ਬਿਰਤੀ ਵੀ ਭਰੀ। ਉਹ ਦੋ ਬਿਰਤੀਆਂ ਦੇ ਧਾਰਨੀ ਸਨ, ਸੰਤ ਅਤੇ ਸਿਪਾਹੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੇ ਜਨਮ ਅਸਥਾਨ 'ਤੇ ਆਪਾਂ ਜੁੜ ਬੈਠੇ ਹਾਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਡੀਆਂ ਹਾਜ਼ਰੀਆਂ ਆਪਣੀਆਂ ਚਰਨਾਂ 'ਚ ਲਾ ਲੈਣ, ਮਹਾਂਪੁਰਸ਼ਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਸਾਨੂੰ ਬਲ ਬੁੱਧੀ ਪ੍ਰੇਰਨਾ ਬਖਸ਼ਿਸ਼ ਕਰਨ। ਦਾਸ ਦੇ ਵਿੱਦਿਆ ਦਾਤੇ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਮਹਾਂਪੁਰਸ਼ ਦਾਸ ਨਾਲ ਆਏ ਨੇ, ਸਿਰ 'ਤੇ ਹੱਥ ਰੱਖ ਕੇ ਉਹ ਆਪ ਜੀ ਦੇ ਦਰਸ਼ਨ ਕਰਨਗੇ ਔਰ ਇਸ ਅਸਥਾਨ 'ਤੇ ਸੇਵਾ ਨਿਭਾ ਰਹੇ ਮਹਾਂਪੁਰਸ਼ ਸਾਬਕਾ ਸਿੰਘ ਸਾਹਿਬ ਜਸਵੀਰ ਸਿੰਘ ਜੀ ਖਾਲਸਾ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਸਮੂਹ ਸੰਗਤ ਦੇ ਦਰਸ਼ਨ ਕਰਨ ਦਾ ਇਹ ਅਵਸਰ ਪ੍ਰਦਾਨ ਕੀਤਾ ਹੈ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਨਮਸਕਾਰ ਹੈ ਔਰ ਅਸੀਸ ਪ੍ਰਦਾਨ ਕਰਨੀ, ਦਇਆ ਦ੍ਰਿਸ਼ਟੀ ਕਰਨੀ ਕਿ ਗੁਰੂ ਖਾਲਸੇ ਪੰਥ ਦੇ ਪ੍ਰਚਾਰ ਪ੍ਰਸਾਰ ਵਿੱਚ ਇਸੇ ਤਰ੍ਹਾਂ ਜੁੜੇ ਰਹੀਏ। ਸਾਡਾ ਗਾਵਿਆ ਸੁਣਿਆ ਪਾਤਸ਼ਾਹ ਥਾਂਏ ਪਾ ਲੈਣ, ਹੋਈਆਂ ਭੁੱਲਾਂ ਚੁੱਕਾਂ